ਪੰਜਾਬੀ ਦੁਨੀਆ ਨੂੰ ਕਿੰਨੇ ਪ੍ਰਕਾਰ ਨਾਲ ਵੰਡਿਆ ਗਿਆ ਹੈ? ਆਪਸ਼ਨ ਨੇ 2, 3, 4 ਜਾਂ 5। ਕਰੈਕਟ ਆਂਸਰ ਹੈ 2। ਖੰਡੀ ਅਤੇ ਅਖੰਡੀ ਦੁਨੀਆ ਦੇ ਵਿੱਚ ਵੰਡਿਆ ਗਿਆ ਪੰਜਾਬੀ ਦੁਨੀਆ ਨੂੰ। ਨੈਕਸਟ ਪ੍ਰਸ਼ਨ ਹੈ, ਬਿੰਦੀ ਨਾਲ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ, ਕਰੈਕਟ ਆਂਸਰ ਹੋ ਜਾਏਗਾ 6। 6 ਲਗਾਂ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ। ਬਿੰਦੀ ਨਾਲ ਕਿਹੜੀਆਂ ਲਗਾਂ ਦੀ ਵਰਤੋਂ ਹੁੰਦੀ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ, ਕਰੈਕਟ ਆਂਸਰ ਇਹੀ ਹੋ ਜਾਏਗਾ, ਕੰਨਾ, ਸਿਹਾਰੀ, ਬਿਹਾਰੀ, ਹੋੜਾ, ਕਨੋੜਾ, ਲਾਂ ਅਤੇ ਦੁਲਾਵਾਂ। ਇਹਨਾਂ ਨਾਲ ਕੀ ਲੱਗਦਾ ਬਿੰਦੀ ਦੀ ਵਰਤੋਂ ਆਪਾਂ ਕਰ ਸਕਦੇ ਹਾਂ? ਲਘੂ ਸਵਰ ਕਿਹੜੇ ਹਨ? ਇਹ ਕਿਹੜੇ ਨੇ ਲਘੂ ਸਵਰ? ਆਪਸ਼ਨ ਨੰਬਰ ਬੀ ਆਪਣਾ ਕਰੈਕਟ ਹੋ ਜਾਏ। ਲਗਾਖਰ ਕਿਸ ਭਾਗ ਦਾ ਅੰਗ ਨੇ? ਆਪਸ਼ਨ ਤੁਹਾਡੇ ਸਾਹਮਣੇ ਨੇ, ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਜਾਂ ਵਾਕ ਬੋਧ। ਆਂਸਰ ਇਹਦਾ ਹੈ ਧੁਨੀ ਬੋਧ। ਧੁਨੀ ਬੋਧ ਦੇ ਭਾਗ ਹੈ ਲਗਾਖਰ। ਲਗਾਖਰ ਕਿੰਨੇ ਨੇ? 3, ਬਿੰਦੀ, ਟਿੱਪੀ ਅਤੇ ਅਧਕ। ਕਿਹੜੀ ਉਪਭਾਸ਼ਾ ਨੂੰ ਕਿਤਾਬੀ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਹੈ? ਆਪਸ਼ਨ ਨੇ, ਮਾਝੀ, ਮਲਵਈ, ਦੁਆਬੀ ਜਾਂ ਲਹਿੰਦੀ। ਲਹਿੰਦੀ ਪਾਕਿਸਤਾਨੀ ਇਹ ਨਹੀਂ, ਦੁਆਬੀ ਵੀ ਨਹੀਂ, ਮਲਵਈ ਵੀ ਨਹੀਂ ਅਤੇ ਮਾਝੀ। ਮਾਝੀ ਕਿਹੜੀ ਹੈ? ਟਕਸਾਲੀ ਭਾਸ਼ਾ। ਟਕਸਾਲੀ ਨੂੰ ਕੀ ਕਹਿ ਦਿੱਤਾ ਜਾਂਦਾ ਹੈ? ਮਿਆਰੀ ਭਾਸ਼ਾ। ਇਹੀ ਆਪਣੀ ਪੰਜਾਬੀ ਦੀ ਉਪਭਾਸ਼ਾ ਜਿਸ ਨੂੰ ਕਿਤਾਬੀ ਭਾਸ਼ਾ ਹੋਣ ਦਾ ਜਾਂ ਦਫ਼ਤਰੀ ਭਾਸ਼ਾ ਹੋਣ ਦਾ ਮਾਣ ਹੈ। ਲੱਲਾ ਕਿਹੜੀ ਦੁਨੀ ਹੈ? ਲੱਲੇ ਪੈਰ 'ਚ ਬਿੰਦੀ ਵਾਲਾ, ਕੰਠੀ, ਦੰਤੀ ਜਾਂ ਮੁਰਦੁਣੀ। ਮੁਰਦੁਣੀ ਇਹ ਕਿਹੜੀ ਹੈ? ਉਲਟ ਜੀਵੀ ਜਿਹਨੂੰ ਕਹਿ ਦਿੱਤਾ ਜਾਂਦਾ ਹੈ, ਲੱਲਾ ਦੁਨੀ ਹੈ। ਪਾਰਸ਼ਵਿਕ ਵੀ ਕਹਿ ਦਿੱਤਾ ਜਾਂਦਾ ਇਸ ਨੂੰ। ਅੱਗੇ ਦੇਖਦੇ ਹਾਂ, ਦੁਨੀਆ ਕਿਸ ਦਾ ਨਿਰਮਾਣ ਕਰਦੀਆਂ ਹਨ? ਵਾਕਾਂ, ਸ਼ਬਦਾਂ ਜਾਂ ਵਾਕੰਸ਼ਾਂ ਜਾਂ ਵਾਕ ਦਾ। ਦੁਨੀਆ ਤੋਂ ਕੀ ਬਣਦਾ ਹੈ? ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਦਾ ਆਂਸਰ ਲਿਖੋਗੇ। ਅੱਗੇ ਚੱਲਦੇ ਆਪਾਂ, ਪੰਜਾਬੀ ਸ਼ਬਦਾਂ ਦੀ ਵੰਡ ਕਿਸ ਆਧਾਰ 'ਤੇ ਕੀਤੀ ਜਾਂਦੀ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ, ਜੀਵ ਦੀ ਸਥਿਤੀ 'ਤੇ ਆਧਾਰ 'ਤੇ, ਜੀਵ ਦੀ ਸਪਰਸ਼, ਬੁੱਲਾਂ ਦੀ ਸਥਿਤੀ ਜਾਂ ਸਾਰੇ। ਇਹਦਾ ਕਰੈਕਟ ਆਂਸਰ ਹੋਏਗਾ ਸਾਰੇ। ਜੀਵ ਦੀ ਸਥਿਤੀ ਵੀ ਹੋਏਗੀ, ਜੀਵ ਦਾ ਸਪਰਸ਼ ਵੀ ਹੋਏਗਾ, ਬੁੱਲਾਂ ਦੀ ਸਥਿਤੀ ਵੀ। ਜੀਵ ਦੀ ਸਪਰਸ਼ ਕਿਹੜੇ? ਜਿਹੜਾ ਹੋਠੀ ਧੁਨੀਆਂ ਹੋ ਗਈਆਂ। ਬੁੱਲਾਂ ਦੀ ਸਥਿਤੀ ਵੀ, ਜੀਵ ਦੀ ਸਥਿਤੀ ਦੇ ਆਧਾਰ 'ਤੇ ਵੀ। ਠੀਕ ਹੈ, ਅਗਲੇ ਸਵਰ ਕਿਹੜੇ ਹਨ? ਅਗਲੇ ਸਵਰ ਆਪਸ਼ਨ ਤੁਹਾਡੇ ਸਾਹਮਣੇ ਨੇ, ਇਹਦਾ ਕਰੈਕਟ ਆਂਸਰ ਕੀ ਹੋ ਜਾਏਗਾ? ਈ ਓ ਐ ਨਹੀਂ, ਇਹ ਤਾਂ ਨਹੀਂ ਲੱਗ ਰਿਹਾ। ਈ ਏ ਐ, ਹਾਂ ਅਗਲੇ ਸਵਰ ਇਹ ਹੋ ਸਕ ਈ ਐ ਐ ਹਾਂ ਇਹ ਹੋ ਸਕਦਾ। ਉਹ ਤਾਂ ਆਪਣਾ ਪਿਛਲਾ ਸਵਰ ਆ ਗਿਆ ਨਾ। ਹਾਂ, ਇਹ ਕਰੈਕਟ ਆਂਸਰ ਆਪਾਂ ਨੂੰ ਲੱਗ ਰਿਹਾ, ਤਾਂ ਇਹਦਾ ਸਹੀ ਆਂਸਰ ਹੋ ਜਾਏਗਾ। ਪੰਜਾਬੀ ਦੀਆਂ ਕਿੰਨੀਆਂ ਉਪਭਾਸ਼ਾਵਾਂ ਪੰਜਾਬ ਦੇ ਵਿੱਚ ਬੋਲੀਆਂ ਜਾਂਦੀਆਂ ਨੇ? ਟੋਟਲ ਉਪਭਾਸ਼ਾਵਾਂ ਨੇ ਜਿਹੜੀਆਂ ਉਹ 6 ਨੇ ਪੰਜਾਬ ਦੀਆਂ, ਕਿਉਂਕਿ ਇਹਦੇ ਵਿੱਚ ਪਾਕਿਸਤਾਨ ਦੀਆਂ 2 ਜੋੜ ਲਈਆਂ ਗਈਆਂ ਨੇ। ਪਰ ਹੁਣ ਇੱਥੇ ਆਪਣੇ ਪੰਜਾਬ ਦੇ ਵਿੱਚ 4 ਬੋਲੀਆਂ ਜਾਂਦੀਆਂ ਨੇ, ਮਾਝੀ, ਮਲਵਈ, ਦੁਆਬੀ ਅਤੇ ਆਪਣੀ ਇੱਕ ਹੋਰ ਕਿਹੜੀ ਰਹਿ ਗਈ, ਮੁਲਤਾਨੀ ਅਤੇ ਪੋਠੋਹਾਰੀ ਪਾਕਿਸਤਾਨ ਦੇ ਵਿੱਚ ਬੋਲੀਆਂ ਜਾਂਦੀਆਂ ਨੇ। ਨੈਕਸਟ ਹੈ, ਸ਼ਾਹਮੁਖੀ ਕਿਸ ਭਾਸ਼ਾ ਦੀ ਲਿਪੀ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ, ਇਹਦਾ ਕਰੈਕਟ ਆਂਸਰ ਸਾਰੇ ਆ ਜਾਏਗਾ। ਉਰਦੂ ਦੀ ਵੀ ਸ਼ਾਹਮੁਖੀ ਲਿਪੀ ਭਾਸ਼ਾ ਹੈ, ਅਰਬੀ ਵੀ, ਫਾਰਸੀ ਵੀ। ਅੱਗੇ ਉੱਚੇ ਸਵਰ ਕਿਹੜੇ ਨੇ? ਈ ਅਤੇ ਊ, ਇਹ ਉੱਚੇ ਸਵਰ ਨੇ। ਠੀਕ ਹੈ, ਅੱਗੇ ਦੇਖੋ, ਨੀਵੇਂ ਸਵਰ ਕਿਹੜੇ ਨੇ? ਨੀਵੇਂ ਆ, ਏ ਅਤੇ ਐ, ਇਹ ਨੀਵੇਂ ਸਵਰ ਹੋ ਗਏ ਆਪਣੇ। ਠੀਕ ਹੈ, ਕਰੈਕਟ ਆਂਸਰ ਇਹ ਆ ਜਾਏਗਾ। ਨਵੀਨ ਪੰਜਾਬੀ ਵਿੱਚ ਕਿੰਨੇ ਵਿਅੰਜਨ ਹਨ? ਉੱਤਰ ਹੈ 38। ਨਵੀਨ ਪੰਜਾਬੀ ਵਿੱਚ 38 ਵਿਅੰਜਨ ਹਨ। ਲਘੂ ਸਵਰ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਅਸਲ ਸਵਰ ਵੀ ਕਹਿ ਦਿੱਤਾ ਜਾਂਦਾ, ਛੋਟੇ ਸਵਰ ਜਾਂ ਕੇਂਦਰੀ ਸਵਰ ਵੀ ਕਹਿ ਦਿੱਤਾ ਜਾਂਦਾ। ਸਾਰੇ ਕਰੈਕਟ ਆਂਸਰ ਇਹਦਾ। ਪਾਰਸ਼ਵਿਕ ਵਿਅੰਜਨ ਕਿਹੜੇ ਨੇ?
ਇਹ ਫੜਕਵਾਂ ਵਿਅੰਜਨ ਹੈ, ਇਹ ਨਹੀਂ ਹੋ ਸਕਦਾ। ਲੱਲਾ ਅਤੇ ਲੱਲੇ ਪਰ ਬਿੰਦੀ ਵਾਲੇ ਪਾਰਸ਼ਵਿਕ ਵਿਅੰਜਨ ਨੇ, ਜਿਹੜੇ ਪਾਸੇ ਤੋਂ ਨਿਕਲ ਜਾਂਦੀ ਹਵਾ ਜੀਭ ਦੇ। ਟਿੱਪੀ ਕਿੰਨੀਆਂ ਲਗਾਂ ਨਾਲ ਲੱਗਦੀ ਹੈ? ਬਿੰਦੀ, ਟਿੱਪੀ ਅਤੇ ਅਦਕ। ਟਿੱਪੀ ਚਾਰ ਲਗਾਂ ਨਾਲ ਲੱਗਦੀ ਹੈ। ਅੱਗੇ ਦੇਖਦੇ ਹਾਂ, ਢਕਵੇਂ ਵਿਅੰਜਨ ਦੀ ਗਿਣਤੀ ਕਿੰਨੀ ਹੈ? 15। ਢਕਵੇਂ ਵਿਅੰਜਨ ਕਿੰਨੇ ਨੇ? 15। ਇਹ ਢਕਵੇਂ ਵਿਅੰਜਨ ਕਿੰਨੇ ਨੇ? 14। ਇਹ ਢਕਵੇਂ ਵਿਅੰਜਨ 14। ਉਤਪੱਤੀ ਦੇ ਆਧਾਰ 'ਤੇ ਸ਼ਬਦਾਂ ਦੀਆਂ ਕਿਸਮਾਂ ਕਿੰਨੀਆਂ ਨੇ? ਆਪਸ਼ਨ ਤੁਹਾਡੇ ਸਾਹਮਣੇ ਨੇ। ਉਤਪੱਤੀ ਦੇ ਆਧਾਰ 'ਤੇ 4। ਅੱਗੇ ਦੇਖਦੇ ਹਾਂ, ਕਪਤਾਨ ਸ਼ਬਦ ਨਾਂਵ ਦੀ ਕਿਹੜੀ ਕਿਸਮ ਹੈ? ਖਾਸ, ਆਮ ਜਾਂ ਵਸਤੂਵਾਚਕ? ਵਸਤੂ ਵੀ ਨਹੀਂ ਹੈ, ਖਾਸ ਵੀ ਨਹੀਂ ਹੈ। ਕਪਤਾਨ ਕਿੰਨੇ ਵੀ ਹੋ ਸਕਦੇ ਨੇ, ਕੋਈ ਵੀ ਹੋ ਸਕਦਾ ਹੈ। ਆਮ ਨਾਂਵ ਹੈ।